ਜ਼ਹਰਾ ਦਾ ਜ਼ੁਲਮ ਦੀ ਹੱਦ ਮੁੱਕ ਗਈ ਹੁਣ ਸੈਯਦ ਕਤ
ਜ਼ਿੰਦਗੀ ਯਾਰ ਨਸੀਬ ਹੋ ਗਿਆ ਸਾਹਿਬ ਮੈਂ
आके हज करूंगा। Oh.
ਰੁਕਦਾ ਏ ਸਾ ਟੁੱਟਦਾ ਏ ਕਿਉਂ ਆ ਕੇ ਤਰ ਦਵਡਾਉਂਦਾ ਨਹੀਂ ਸਜਾਦ ਬਿਰਾ ਮੈਂ ਮਰ ਵੈਸਾ ਕਮ ਰੁਕਦਾ ਏ ਸਾ ਟੁੱਟਦਾ ਏ ਕਿਉਂ ਆ ਕੇ ਤਰ ਦਵਡਾਉਂਦਾ ਨਹੀਂ ਸਜਾਦ ਬਿਰਾ ਮੈਂ ਮਰ ਵੈਸਾ ਸਾ ਕਮ ਰੁਕਦਾ ਏ ਸਾ ਟੁੱਟਦਾ ਏ ਦਮ ਰੁਕਦਾ ਹੈ ਸਾ ਟੁੱਟਦਾ ਏ ਕਿਉਂ ਆ ਕੇ ਦਰਦਾ ਨਾ ਕਿਸੇ ਸੋਹਣਿਆ ਨਾ ਦੁਆਇਆ ਚ ਮਰ ਗਈ ਹਾਏ ਰੋਂਦੀ ਸਕੀਨਾ ਕਿਸੇ ਸੋਹਣਿਆ ਨਾ ਸਕੀਨਾ ਕਿਸੇ ਸੁਣਿਆ ਨਾ ਦੁਹਾਈਆਂ ਮਰ ਗਈ ਹਾਏ ਰੋਂਦੀ ਸਕੀਨਾ ਕਿਸੇ ਸੁਣਿਆ ਨਾ ਦੁਹਾਈਆਂ ਬਦਲੋ ਮਦੀ ਨੂੰ ਖਾ ਗਈਆਂ ਬਦਲੋ ਮਦੀ ਸਕੀਨਾ ਕਿਸੇ ਸੁਣਿਆ ਨਾ ਦੁਹਾਈਆ ਚੜੀ ਜਾਂਦੇ ਅਭੀ ਅਕਬਰ ਦੀ ਕੁਝ ਸਾਲ ਤੇ ਕੁਝ ਮਸਤੂਰਾ ਮਰ ਗਈ ਹਾਏ ਰੋਂਦੀ ਸਕੀਨਾ ਕਿਸ ਸੋਹਣਿਆ ਨਾ ਦੁਹਾਈਆ ਰਹਿਮਤੁਲਲਾਹ ਵਬਰਕਾਤ
the Lord, and the Yom of the Lord, السلام علیکم یا ناصرین الحسین، السلام علیکم یا شہدائے کربلا، السلام علیکم یا سیرۃ الشام، السلام علیکم رحمت اللہ برکات، السلام علیکم یا غریب الغربا، میرے تے زوال کرو امام نو لقب غریب الغربا کیوں دتا گیا ہے؟ السلام علیکم یا غریب الغربا، السلام علیکم یا مؤمن سبا والفقرا، السلام علیکم یا مغیث شیعت وزوان فی ملجا، السلام علیکم یا شمس الجموز، السلام علیکم یا نیس النبوز، السلام علیکم یا المدفون بن زیتوز، السلام علیکم یا سلطان الارب والحجم، علی ابن موسیٰ رضا، راضی بالقدر والقضا، السلام علیکم یا مراتی، یا معصومہ قوم، جناب فاطمہ بنت امام موسیٰ کاظم علیہ السلام، السلام علیکم، السلام علیکم یا زیب الاسر والزمان، اللہ مولا اپنی جد دی مقام منظور فرمائے، السلام علیکم یا خلیفۃ الرحمن، السلام علیکم یا امام الانسان جان، السلام علیکم یا وارث القرآن، السلام علیکم یا کعبۃ الایمان، السلام علیکم یا کامل کفر والدویان، السلام علیکم یا ظافر الظلم والعدوان، حضر اللہ تعالی فرجک، وسعد اللہ تعالی مخرجک، وظهورك ورحمة الله وبركاته وسعداتي وموالي جميع ورحمة الله وبركاته، اللهم صل على محمد وآل محمد، إذا حيث قوم قد منك من شبير سے بھرتے، بچوں کو عطا کرے ریسگر کا تبسم، بوڑوں کو حبیب ابن مظاہر کی نظر دے، کم سن کو ملے ولولائے اون محمد، ہر ایک جوان کو علی اکبر کا ذکر دے، ماؤں کو زکاة ثانیہ زہرا کا صدقہ،
ਮੈਨੂੰ ਬਸਕੀਨਾ ਕੀ ਦਵਾਉਂ ਕਾਸ਼ਰ ਦੇ ਜੋ ਚਾਦਰ ਜ਼ੈਨਬ ਕੀ ਅਦਾ ਦਾਰ ਮੌਲਾ ਮਹਫੂਜ਼ ਰਹੇ ਅਸੀਂ ਖਵਾਤੀਨ ਕੇ ਪਰਦੇ ਜੋ ਦੀਨ ਕੇ ਕਾਮ ਆਏ ਵੋ ਔਲਾਦ ਅਦਾ ਕਰ ਜੋ ਮਦਰਸੇ ਸ਼ਬੀਰ ਕੀ ਹਾਜ਼ਰ ਹੋ ਕਰਦੇ ਮੇਰੇ ਅੱਲਾ ਬਿਮਾਰ ਹੂੰ ਜੋ ਆਪ ਦੇ ਬਿਮਾਰ ਕਾ ਸਦਕਾ ਉਹਨੇ ਜਲ ਜਵਾ ਯਾਬ ਕਰ ਦੇ ਮੇਰੇ ਅੱਲਾ ਤੁਝੇ ਜ਼ੈਨਬ ਕੀ ਅਸੀਰ ਕੀ ਕਸਮ ਹੈ ਬੇਜੁਰਮ ਹਸੀਰੋਂ ਕੋ ਰਹਾਈ ਕੀ ਖਬਰ ਦੇ ਮੁਫਲਸ ਬੇਵਜ਼ਰ ਲਾਲੋ ਜਵਾਹਿਰ ਕੀ ਬਾਰਿਸ਼ ਮਗਰੂਜ਼ ਕਾ ਹਰ ਕਰਜ਼ ਅਦਾ ਗਾਇਬ ਸੇ ਕਰ ਦੇ ਮੇਰੇ ਅੱਲਾ ਦੁਨੀਆ ਮੇ ਕੋਈ ਗਮ ਨਾ ਦਿਖਾ ਸਵਾਏ ਗਮ ਸ਼ਬੀਰ ਅਲੈ ਸਲਾਮ ਸ਼ਬੀਰ ਕਾ ਗਮ ਭਾਂਡ ਰਹਾ ਹੈ ਤੋ ਇਧਰ ਦੇ ਇਧਰ ਦੇ ਇਧਰ ਦੇ ਮੇਰੇ ਕਰੀਮ ਅੱਲਾ ਕਰੀਮ ਅੱਲਾ ਵਾਸਤਾ ਮੁਹੰਮਦ ਵਾਲੇ ਮੈਂ ਤੇ ਮੁਹੰਮਦ ਦਾ ਅੱਜ ਸਾਰੇ ਮੋਮਨਾ ਮਕਾਨ ਦਿੱਤੀ ਹੈ ਪਰਦੇ ਵਾਲੇ ਵਾਰਸ ਦੇ ਸਾਹਮਣੇ ਇਲਤਜਾ ਕਰੋ ਮੌਲਾ ਆਪਣੇ ਦਾਦੇ ਦੀ ਮਕਾਨ ਮਨਜ਼ੂਰ ਫਰਮਾਓ ਮੌਲਾ ਜਿਤਨਾ ਤੁਹਾਡਾ ਹੱਕ ਬਣਦਾ ਉਤਨਾ ਅਸੀਂ ਅਦਾ ਨਹੀਂ ਕਰ ਸਕੇ ਮਗਰ ਹਰ ਬੰਦੇ ਨੇ ਆਪਣੀ ਆਪਣੀ ਇਸਤਤਾਤ ਦੇ ਮੁਤਾਬਕ ਮੌਲਾ ਪੁਰਸਾ ਦਿੱਤਾ ਹੈ ਮੌਲਾ ਤੇਰੀ ਮਜ਼ਲੂਮਾ ਧੀ ਦਾ ਸਦਕਾ ਮੌਲਾ ਇਮਾਮ ਹੁਸੈਨ ਸਾਡੇ ਪੁਰਸਾ ਕਬੂਲ ਮਨਜ਼ੂਰ ਫਰਮਾਓ ਮੌਲਾ ਹੁਸੈਨ ਪੁੱਛਿਆ ਹੀ ਨਾ ਆਪਣੀ ਬੇਨ ਕਰੋ ਅੰਮਾ ਦੀ ਜਾਈ ਤੁਹਾਨੂੰ ਸਭ ਤੋਂ ਜ਼ਿਆਦਾ ਤਕਲੀਫ ਕਿਹੜੇ ਵੇਲੇ ਹੋਈ ਹੈ ਉਸ ਵੇਲੇ ਬੀਬੀ ਬਿਰਾ ਦੇ ਨਾਲ ਮੁਹਾਤਬ ਕਰਕੇ ਬੀਬੀ ਆਦੀ ਹੈ ਅਕਬਰ ਦਾ ਕਾਤਲ ਮੇਰੇ ਖੈਮਿਆਂ ਵਿੱਚ ਤੇ ਬਹੁ ਚਿਰ ਤਾਈ ਹੱਸਦਾ ਰਿਹਾ ਤੇ ਮੈਂ ਕੋ ਤਨਜ਼ਿਆਦ ਆਈ ਤੇਰਾ ਗਿਣ ਗਿਆ ਜ਼ਾਮਨ ਪਰਦਿਆਂ ਦਾ ਮੈਨੂੰ ਤਨਜ਼ਿਆ ਪੁੱਛਦਾ ਰਿਹਾ ਮੌਲਾ ਸਾਡੀ ਮਕਾਨ ਕਬੂਲ ਮਨਜ਼ੂਰ ਫਰਮਾ ਅੱਜ ਦੇ ਦਵਾਵਾਂ ਮੌਲਾ ਜਾਣਦੇ ਨੇ ਜਿੱਥੇ ਜਿੱਥੇ ਆਜ਼ਾਦ ਆ ਜ਼ੰਜੀਰ ਦੇ ਨਹੀਂ ਕੀਤੀ ਹੈ ਮਾਲਕ ਉਹਨਾਂ ਦਾ ਪੁਰਸਾ ਕਬੂਲ ਫਰਮਾਏ ਹਾਜ਼ਰੀ ਜ਼ਿਆਦਾ ਕਬੂਲ ਹੋਈ ਹੈ ਇਸ ਕਾਲਜ ਗੇਨ ਮੌਲਾ ਆਪਣੇ ਅਕਬਰ ਦਾ ਸਦਕਾ ਉਹਨਾਂ ਦੀਆਂ ਜ਼ਿੰਦਗੀਆਂ ਦਰਾਜ਼ ਫਰਮਾ ਮੇਰੇ ਕਰੀਮ ਅੱਲਾ ਸਦਕਾ ਜਨਾਬ ਸੈਯਦਾ ਦਾ ਸਾਡੇ ਭਾਈ ਸਾਡੇ ਮੋਹਤਰਮ ਸਲਾਦ ਸਾਹਿਬ ਔਰ ਗੁਜ਼ਾਰ ਜੀ ਸਾਹਿਬ ਦੀ ਜ਼ਿੰਦਗੀ ਦਰਾਜ਼ ਫਰਮਾ ਪੁੱਤਰਾਂ ਭਾਈਆਂ ਸਾਥੀਆਂ ਸੰਗੀਆਂ ਨਾਲ ਮਾਲਕ ਬਾਦ ਯਾਦ ਫਰਮਾ ਇੱਕੋ ਹੀ ਮਿਜਨ ਦੇ ਕਹਿ ਬਿਆਨ ਹਾਏ ਹੁਸੈਨ ਹਾਏ ਹੁਸੈਨ ਹਾਏ ਹੁਸੈਨ ਸਾਡੇ ਬਾਬੇ ਨੂੰ ਕੌਣ ਲੋਸੀ ਬੀਬੀ ਅੱਲਾ ਇੱਕ ਕੌਮ ਪੈਦਾ ਕਰ ਸੀ ਜਿਹੜੇ ਮੇਰੇ ਮਜ਼ਲੂਮ ਬਿਰਾ ਦਾ ਗਲੀ ਗਲੀ ਜਾ ਜਾ ਸ਼ਹਿਰ ਸ਼ਹਿਰ ਚ ਪ੍ਰਚਾਰ ਕਰੇ ਸਨ ਹਾਏ ਹੁਸੈਨ ਮਾਲਕ ਸਾਡੀ ਮਕਾਨ ਕਬੂਲ ਮਨਜ਼ੂਰ ਫਰਮਾ ਇਸ ਸਫੇ ਅਜ਼ਾ ਬਿਛਾਇਆ ਇੰਤਜ਼ਾਮ ਸਾਰਾ ਤੇ ਤਗੋਦੋ ਆਪਣੇ ਕਬੂਲ ਮਨਜ਼ੂਰ ਫਰਮਾ ਮਾਲਕ ਨੇ ਤਮਾਮ ਨੂੰ ਆਪਣੇ ਹਿੱਸੇ ਮਾਨ ਚ ਰੱਖੋ ਮਾਲਕ ਕਿਤਨੀ ਦੇਰ ਤੱਕ ਕਿਸੇ ਮੋਮਨ ਨੂੰ ਮੌਤ ਨਾ ਹੋਵੇ ਜਿਤਨੀ ਦੇਰ ਤੱਕ ਕਰਬਲਾ ਜਾ ਕੇ ਉਹ ਜਗ੍ਹਾ ਨਾ ਦੇਖੇ ਜਿੱਥਾਂ ਬਿਰਾਕ ਪੁੱਛਦਾ ਰਿਹਾ ਸਭ ਤੋਂ ਵੱਡੀ ਦੁਆ ਪਰਦੇ ਵਾਲੇ ਵਾਰਸ ਦਾ ਜ਼ਹੂਰ ਹੋਵੇ ਉਹ ਆ ਕੇ ਉਹਨਾਂ ਹਰਾਮੀਆਂ ਕੋਲ ਪੁੱਛਣ ਕਿਹੜਾ ਜੁਰਮ ਹਾਬੇਰੀਆਂ ਦਾਦੀਆਂ ਦਾ ਕਿਉਂ ਕਰਬਲਾ ਭੂਫਾ ਭੂਫੇ ਤੇ ਸ਼ਾਮ ਮਾਲਕ ਦਾ ਜ਼ਹੂਰ ਹੋਵੇ ਸਾਨੂੰ ਤਮਾਮ ਨੂੰ ਆਪਦੀ ਸਿਫਾਰਿਸ਼ ਸ਼ੁਮਾਰ ਫਰਮਾਓ 8 ਵਜੇ ਸ਼ਾਮੇ ਗਰੀਬਾਂ ਦੀ ਮਜਲਿਸ ਹੋਵੇਗੀ ਤਾਬੂਤ ਸਰਕਾਰ ਦੇ ਜੋ ਮੌਜਜ਼ਾ ਵੀ ਹੋਇਆ ਖੂਨ ਵੀ ਜਾਰੀ ਹੋਇਆ ਸਾਰੇ ਜ਼ਿਆਰਤ ਵੀ ਕਰੋ ਅਤੇ ਆਪਣੇ ਆਪਣੇ ਜ਼ਿਹਨ ਕਰਬਲਾ ਲੈ ਕੇ ਜਾਓ ਮਾਲਕ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰੇ ਇਮਾਮ ਰਜ਼ਾ ਪਾਕ ਦੇ ਬੇਅਹਿਮ ਖਜ਼ਾਨਿਆਂ ਜੋ ਤੁਹਾਨੂੰ ਰਿਸਕੇ ਕਸੀਰ ਅਦਾ ਫਰਮਾਏ ਮੌਲਾ ਇਮਾਮ ਹੁਸੈਨ ਅਸਲਾਮ ਦੇ ਕਾਤਲਾਂ ਦੇ ਲਾਨਤ ਬਾਦਸ਼ਾਹ ਮਰ ਲਾਨਤ ਉਮਰ ਸਾਹਿਬ ਦੇ ਲਾਨਤ ਹੌਲੀ ਮਲਾਉਣ ਦੇ ਲਾਨਤ ਹਸੀਨ ਬਿਨ ਨਬੀਰ ਦੇ ਲਾਨਤ ਹਕੀਮ ਬਿਨ ਤਫੈਲ ਦੇ ਲਾਨਤ ਜ਼ਜਰ ਬਿਨ ਕੈਸ ਦੇ ਲਾਨਤ ਉਹਨਾਂ ਤਮਾਮ ਹਰਾਮਜ਼ਾਦਿਆਂ ਦੇ ਲਾਨਤ ਜਿਨ੍ਹਾਂ ਮੌਲਾ ਹੁਸੈਨ ਬਾਦਸ਼ਾਹ ਦੇ ਖੈਮਿਆਂ ਨੂੰ ਅੱਗ ਲਈ ਉਹਨਾਂ ਹਰਾਮੀਆਂ ਦੇ ਲਾਨਤ ਉਹਨਾਂ ਦੀ ਔਲਾਦਾਂ ਦੇ ਲਾਨਤ ਉਹਨਾਂ ਦੇ ਬਹੁ ਅਜਦਾਦ ਦੇ ਲਾਨਤ ਹਰ ਦੁਸ਼ਮਣੇ ਹੁਸੈਨ ਦੇ ਲਾਨਤ ਬਾਬਾ ਦੇ ਬੁਲੰਦ ਸਲਾਵਾਤ।